ਵਧੀਆ ਕਿੱਥੇ ਕੋਈ ਟੂਰਨਾਮੈਂਟ ਹੋ ਰਿਹਾ ਆ ਤਾਂ ਅੱਜ ਫਾਈਨਲ ਹੈ ਜਿਸ ਤਰ੍ਹਾਂ ਨਾ ਅੱਜ ਚੈਂਪੀਅਨ ਟਰਾਫੀ ਖਾਦਮਾਬਾਦ ਇਹ ਟੂਰਨਾਮੈਂਟ ਜਿਹੜਾ ਹੈ ਜੋ ਉਹ ਬਹੁਤ ਹੀ ਬੜਾ ਜਿਸ ਵਿੱਚ ਮੋਟਰਸਾਈਕਲ ਇਨਾਮ ਹੈ ਗਰਾਊਂਡ ਦੀ ਐਂਟਰੀ ਮਾਰਨੇ ਆ ਜੀ Rashid Shabir ਦੋਸਤੋ ਅਸਲਾਮ ਵਾਲੇਕੁਮ ਉਮੀਦ ਕਰਨਾ ਸਾਰੀ ਠੀਕ ਠਾਕ ਸੋ ਹੈ ਖੁਸ਼ ਬਾਸ਼ ਸੋ ਔਰ ਅੱਲਾਹ ਤਾਲਾ ਨੇ ਹਿਫਜ਼ੋ ਅਮਾਨ ਚ ਸੋ ਮੈਂ ਰਾਸ਼ਦ ਸ਼ਬੀਰ ਸੋ ਤੱਕ ਯੂਟਿਊਬ ਚੈਨਲ ਔਰ ਫੇਸਬੁੱਕ ਪੇਜ ਰਾਸ਼ਦ ਸ਼ਬੀਰ ਅੱਜ ਸਾਡੀ ਖਿਦਮਤ ਦੀ ਫਿਰ ਆਜ਼ਰਾਂ ਜੀ ਇੱਕ ਨਵੀਂ ਵੀਡੀਓ ਕਿੰਨੀ ਤਾਂ ਇਸ ਵੇਲੇ ਮੈਂ ਮੌਜੂਦ ਹਾਂ ਜੀ ਆਪਣੇ ਸ਼ਹਿਰ ਮੀਨ ਕੇ ਖਾਦਮਾਬਾਦ ਬਾਜ਼ਾਰ ਮਾਸ਼ਾਅੱਲਾ ਸਾਨੂੰ ਚੈੱਕ ਕਰੋ ਜੀ ਖਾਦਮਾਬਾਦ ਬਾਜ਼ਾਰ ਦੀਆਂ ਰੌਣਕਾਂ ਇੱਥੇ ਤੁਸੀਂ ਤੱਕ ਸੋ ਅਕਸਰੀਅਤ ਦੁਕਾਨਾਂ ਜਿਹੜੀਆਂ ਜੀ ਉਹ ਜਾਂ ਬੰਦ ਦਸਾਂ ਦਿਹਾਈਆਂ ਸੋ ਬੁੱਝ ਰਹੇ ਉਸ ਵੇਲੇ ਕਿ ਇੱਥੇ ਹੋ ਰਿਹਾ ਜੀ ਟੂਰਨਾਮੈਂਟ ਕ੍ਰਿਕਟ ਦਾ ਜਿਸ ਤਰ੍ਹਾਂ ਨਾ ਜੀ ਚੈਂਪੀਅਨ ਟਰਾਫੀ ਖਾਦਮਾਬਾਦ ਜੀ ਉਸ ਤਰ੍ਹਾਂ ਫਾਈਨਲ ਤਾਂ ਅਸਾਂ ਹੈ ਚਲੋ ਜੁਲੇ ਹਾਂ ਜੀ ਅਸਾਂ ਵੀ ਚੈੱਕ ਕਰਨੇ ਹਾਂ ਕਿ ਕ੍ਰਿਕਟ ਦਾ ਮੈਚ ਕੈਸਾ ਹੋਣਾ ਇਹ ਟੂਰਨਾਮੈਂਟ ਜਿਹੜਾ ਹੈ ਜੀ ਉਹ ਬਹੁਤ ਹੀ ਬੜਾ ਜਿਸ ਵਿੱਚ ਮੋਟਰਸਾਈਕਲ ਇਨਾਮ ਹੈ ਵਿਨਰ ਵਾਸਤੇ ਉਸ ਤੋਂ ਬਾਅਦ ਸੈਕਿੰਡ ਸੀ ਹੈ ਉਸ ਵਾਸਤੇ ਹੈ ਜੀ 50,000 ਇਨਾਮ ਤਕੜੇ ਵਾਲੀਆਂ ਵਾਸਤੇ ਇਹ ਇਨਾਮ ਹੈ ਕਿ ਉਹਨਾਂ ਕੀ ਦਿੱਤੀਆਂ ਜਾ ਸਕਣ ਜੀ LCDਾਂ ਇਹ LCDਾਂ ਜਿਹੜੀ ਦਿੱਤੀਆਂ ਜਾ ਸਕਣ ਉਹ ਦਿੱਤੀਆਂ ਜਾ ਸਕਣ ਜੀ ਪੂਰਾ ਅੰਦਾਜ਼ੇ ਵਿੱਚ ਕਹਿੰਦਾ ਜੀ ਠੀਕ ਹੋ ਸਰ ਠੀਕ ਹੈ ਦੁਆ ਕਰੀ ਜਾਇਆ ਕਰੋ ਮੈਂ ਤਾਂ ਖਾਦਮਾਬਾਦ ਬਾਜ਼ਾਰ ਆਇਆ ਸਾਂ ਬੁੱਝਿਆ ਕਿ ਇੱਥੇ ਕੋਈ ਟੂਰਨਾਮੈਂਟ ਹੋ ਰਿਹਾ ਤਾਂ ਅੱਜ ਫਾਈਨਲ ਹੈ ਤਾਂ ਮੈਂ ਹੈ ਜੁਲਾ ਚੈੱਕ ਕਰੀ ਛਾਂ ਆ ਅਚੋ ਨੂੰ ਚੱਕਰ ਮਾਰੇ ਛਾਂ ਸਭ ਤੋਂ ਜੁਲੇ ਹੋ ਓਏ ਇਨਸ਼ਾਅੱਲਾ ਪ੍ਰੋਗਰਾਮ ਹੈ ਉੱਥੇ ਹੀ ਕਿਆ ਲਗਾ ਮੈਚਾਂ ਨਾਲ ਓ ਯਾ ਬੁੱਢੇ ਬੰਦੇ ਬੜੇ ਸ਼ੁਕੀ ਹੋਣੇ ਓਏ ਤਾਂ ਜਵਾਨਾਂ ਦਾ ਮੈਚ ਹੈ ਓਹੋ ਬੁੱਢੇ ਬੰਦੇ ਕੀ ਵੀ ਆਖਿਰ ਹੈ ਨਾ ਕੁਝ ਨਾ ਕੁਝ ਆਪਣਾ ਬੱਚੇ ਪੁੱਤਰੀ ਤੇ ਕਿਤ ਬੜਾ ਖੁਸ਼ ਹੋ ਜਾਣੇ ਹੈ ਬੰਦੇ ਹਾਂ ਜੋਸ਼ ਚੜਸੀ ਹੈ ਜੋਸ਼ ਚੜਸੀ ਹਾਂ ਬਗੈਰ ਲੇਟ ਹੋਏ ਕਿਤੇ ਅਸਾਂ ਕੀ ਜੁਲੇ ਹਾਂ ਜੀ ਖਾਦਮਾਬਾਦ ਗਰਾਊਂਡ ਵੀ ਕੀਆਂ ਕਿ ਸਾਰੀ ਆਵਾਮ ਤਾਂ ਉੱਥੇ ਚਲੀ ਗਈ ਹੈ ਅਸਾਂ ਇੱਥੇ ਰਹੀ ਤਾਂ ਕਿਆ ਕਰ ਸਾਂ ਤਾਂ ਬਾਕੀ ਆਦਾ ਦੁੱਧ ਵੇਚਣ ਵਾਲੇ ਕੀ ਭਾਪੇ ਇੱਥੇ ਰਹੀ ਗਏ ਅਸਲਾਮ ਵਾਲੇਕਮ ਵਾਲੇਕਮ ਸਲਾਮ ਕਹਿ ਲਾ ਜੀ ਠੀਕ ਹੋ ਸਰ ਠੀਕ ਹੈ ਕੁਦਰ ਬੈਠੇ ਹੋ ਲੱਗ ਗਿਆ ਤਾਂ ਕਿਆ ਰੋਡਾ ਵੀ ਬੈਠੇ ਹੋ ਭਾਪੇ ਅੱਲਾ ਹੈ ਰਹੀ ਗੜੇ ਅੱਛਾ ਦੁਕਾਨ ਰੱਖੀ ਨੇ ਮੈਂ ਹੋਰ ਤੁਹਾਨੂੰ ਮਾਮਲਾ ਤਾਂ ਨਹੀਂ ਨਾ ਰਾਬਤਾ ਨੰਬਰ 103 ਸ਼ਾਦੀ ਕਰੀ ਕਹਿੰਦੀ ਹੈ ਇਹ ਪਤਾ ਲਗਾ ਸਕੀ ਕੋਈ ਮਾਲੇ ਚੋ 5 ਮਹੀਨਿਆਂ ਬਾਅਦ 2 ਮਹੀਨੇ ਹੋ ਗਏ ਅਸਾਂ ਲੇਟ ਹੋ ਗਏ ਜਾ ਕੋਈ ਬਾਲਿਆ ਹੋਣੇ ਠੀਕ ਰਹਿਣਾ ਹੋਣਾ ਸਪੈਸ਼ਲ ਬੰਦਾ ਹੋਇਆ
ਇਹ ਮੈਚਾਂ ਵਜਾ ਸੀ ਵੀ ਲੈਟਰਿੰਗ ਸ਼ੈਟਰਿੰਗ ਮਾਲੇ ਬੰਦੋਬਸਤ ਕਰ ਸੀ ਉੱਥੇ ਸਾਰਾ ਜਾਣੇ ਮੈਚਾਂ ਵਾ ਉਹਦੇ ਜੁੜੇ ਹੋ ਫਿਰ ਮੈਂ ਮੋਟਰਸਾਈਕਲ ਆਪਣੇ ਭੇਜੂ ਲਾ ਐਂ ਪੈਦਲ ਕਹਿ ਜੁਲ ਸਾਂ ਫਾਈਨਲ ਇਸ ਵੇਲੇ ਮੈਂ ਆ ਹੀ ਗਿਆ ਜੀ ਸਕੂਲ ਵਾਲੀ ਗਲੀ ਵਿੱਚ ਇੱਥੇ ਸਾਂ ਰਸ਼ਨ ਸੁਰਤ ਆਲੋ ਚੱਕ ਕਰੀ ਕਿਨੋ ਇੱਥੇ ਮੋਟਰਸਾਈਕਲ ਹੀ ਮੋਟਰਸਾਈਕਲ ਹੈ ਜੀ ਮੈਂ ਚੀਜ਼ ਤਰ੍ਹਾਂ ਬੜਿਆ ਤਾਂ ਰਸ਼ ਇੱਥੇ ਤਾਂ ਸੀ ਹੈ ਇਸ ਸਾਂ ਸੁਰਤ ਆਲ ਚੱਕ ਕਰੀ ਕਿਨੋ ਜੀ ਹਦਮਾਬਾਦ ਸਕੂਲ ਐਂਡ ਗਰਾਊਂਡ ਵਿੱਚ ਏਰੀਆ ਮੈਚ ਤਾਂ ਬਾਹਰ ਨਹੀਂ ਸਾਂ ਸੁਰਤ ਆਲ ਚੱਕ ਕਰੀ ਕਿਨੋ ਅਤੇ ਇੱਥੇ ਰਸ਼ਨ ਸੁਰਤ ਆਲ ਕਿਆ ਮੋਟਰਸਾਈਕਲ ਇੱਥੇ ਇਤਨੇ ਜ਼ਿਆਦਾ ਨਾ ਸਾਂ ਕਿ ਇੱਥੇ ਹਰ ਤਰ੍ਹਾਂ ਮੋਟਰਸਾਈਕਲ ਵੀ ਅਸੀਂ ਇਹ ਤਾਂ ਮੋਟਰਸਾਈਕਲ ਇੱਥੇ ਖਲਤੇ ਆ ਤਾਂ ਬਾਕੀ ਉਸ ਏਰੀਆ ਸਾਂ ਅਗਰ ਜਾਓ ਉੱਥੇ ਤਾਂ ਗੱਡੀਆਂ ਨਹੀਂ ਮੈਂ ਬਿਮਾਰ ਹੈ ਇਤਨੀਆਂ ਜ਼ਿਆਦਾ ਗੱਡੀਆਂ ਹੀ ਉੱਥੇ ਸੋ ਫਾਈਨਲੀ ਅਸਾਂ ਗਰਾਊਂਡ ਐਂਟਰੀ ਮਾਰਨੇ ਹਾਂ ਜੀ ਔਰ ਅਸਾਂ ਕਿ ਉੱਥੇ ਸੁਰਤ ਆਲ ਚੱਕ ਕਰਾਉਣੇ ਹਾਂ ਜੀ ਮਾਸ਼ਾ ਅੱਲਾ ਅਸਲਾਮ ਵਾਲੇਕੁਮ ਠੀਕ ਹੋ ਸਰ ਠੀਕ ਹੈ ਫਾਈਨਲ ਏਰੀਆ ਕੋਣੀ ਅੱਛਾ ਸੈਮੀ ਫਾਈਨਲ ਹੋਈ ਆ ਤਮਾਸ਼ਾ ਹੀ ਇੱਥੇ ਕਿਤਨਾ ਜ਼ਿਆਦਾ ਹੈ ਜੀ ਪੂਰੇ ਗੱਡਿਆ ਤੋਂ ਨਿਰਭਰ ਤੋਂ ਆਜ਼ਾਦ ਕਸ਼ਮੀਰ ਤੋਂ ਇੱਥੇ ਆਵਾਮ ਆਈ ਆ ਇਸ ਮੈਚ ਕੀ ਤੱਕਣੇ ਵਾਸਤੇ ਕਿਹਾ ਕਿ ਇਹ ਮੈਚ ਗੱਡਿਆ ਲਾ ਜ਼ਿਆਦਾ ਕਸ਼ਮੀਰ ਦਾ ਬਹੁਤ ਬੜਾ ਮੈਚ ਹੈ ਜੀ ਬਹੁਤ ਬੜਾ ਮੈਚ ਹੈ ਅਗਰ ਸਾਂ ਸਟੇਜ ਪਰ ਚੈੱਕ ਕਰੋ ਜੀ ਸਟੇਜ ਪਰ ਬਹੁਤ ਜ਼ਿਆਦਾ ਮਾਸ਼ਾ ਅੱਲਾ ਸਾਂ ਚੈੱਕ ਕਰੋ ਜੀ 101 ਸ਼ਾਲਾ ਬਹੁਤ ਹੀ ਬੜੀਆਂ ਟਰਾਫੀਆਂ ਔਰ ਇਸ ਮੈਚ ਅਸੀਂ ਮੋਟਰਸਾਈਕਲ ਇਨਾਮ ਦਿੱਤਾ ਜਾ ਸਕਿਆ ਔਰ ਇਸ ਤੋਂ ਇਲਾਵਾ ਸਟੇਡੀਅਮ ਵੀ ਇਨਾਮ ਦਿੱਤੀਆਂ ਜਾ ਸਕਦੀਆਂ ਦੋਸਤੋ ਇਸ ਵੇਲੇ ਮੌਜੂਦਾ ਜੀ ਫਤਮਾਬਾਦ ਜਿਸ ਵੇਲੇ ਹੋਈ ਹੈ ਜੀ ਸੈਮੀ ਫਾਈਨਲ ਦਾ ਆਖਰੀ ਮੈਚ ਔਰ ਓਵਰ ਜੋ ਹੈ ਜੋ ਉਹ ਵੀ ਆਖਰੀ ਆ ਤੁਸੀਂ ਤੱਕ ਸਟਿਲ ਤਮਾਸ਼ਾ ਹੀ ਆਏ ਜੀ ਫਤਮਾਬਾਦ ਗਰਾਊਂਡ ਵਿੱਚ ਸੈਮੀ ਫਾਈਨਲ ਦਾ ਮੈਚ ਤੱਕਣੇ ਵਾਸਤੇ ਲਾਸਟ ਓਵਰ ਹੈ ਤਾਂ ਖਦਮਾਬਾਦ ਗਰਾਊਂਡ ਨੇ ਸੰਸਕ੍ਰਿਤ ਆਦਿ ਚੱਕ ਕਰੀ ਗਏ ਤਮਾਸ਼ਾ ਇੱਥੇ ਬਹੁਤ ਜ਼ਿਆਦਾ ਆਏ ਜੋ ਦੂਰ ਦੂਰੋਂ ਆਏ ਲਾਸਟ ਓਵਰ ਨਹੀਂ ਫਸਟ ਬਾਲ ਮਿਸ ਲਾਸਟ ਓਵਰ ਨਹੀਂ ਫਸਟ ਬਾਲ ਤਾਂ ਮਿਸ ਹੋਈ ਹੈ ਦੂਸਰੀ ਬਾਲ ਆਉਣਗੀ ਆ ਜੀ ਕਮਾਲ ਹੋ ਗਿਆ ਜੀ ਕਮਾਲ ਹੋ ਗਿਆ ਲਾਸਟ ਓਵਰ ਨੇ ਫਸਟ ਬਾਲ ਤਾਂ ਮਿਸ ਹੋ ਗਈ ਸੀ ਤਾਂ ਦੂਸਰੀ ਬਾਲ ਪਰ ਖਿਲਾੜੀ ਆਊਟ ਹੋਈ ਗਿਆ ਜੀ ਉੱਥੇ ਮੁਬਾਰਕਬਾਦ ਦੇ ਰਹੇ ਜੀ ਬਾਲਰ ਕੀ ਤਾਂ ਉਹ ਨਵਾਂ ਬੈਟਸਮੈਨ ਸਾਹ ਤੱਕ ਕਹਿ ਰਿਹਾ ਸੀ ਇਸ ਓਵਰ ਵਿੱਚ ਇਹਨਾਂ ਮੈਚ ਜਿੱਤਣਾ ਸਕੋਰ ਅੱਛੇ ਇਹਨਾਂ ਕੀ ਤਾਂ ਉਹਨਾਂ ਬਣਾਉਣਾ ਤਾਂ ਮੈਚ ਜਿੱਤ ਜਾ ਸਕਣਾ ਜੀ ਬੈਟਿੰਗ ਵਾਲੇ ਤੀਸਰੀ ਬਾਲ ਆਉਣਗੀ ਆ ਜੀ ਇੱਕ ਰਾਊਂਡ ਜੀ ਚੌਥੀ ਬਾਲ ਦੇ ਰਿਹਾ ਜੀ ਬਾਲਰ ਦੋ ਸਕੋਰ ਮੈਚ ਟਾਪ ਨਾਲ ਬਣੀ ਗਿਆ ਜੀ ਮੈਚ ਟਾਪ ਨਾਲ ਬਣੀ ਗਿਆ ਲਾਸਟ ਦੋ ਬਾਲਾਂ ਦਾ ਬਹੁਤ ਛੱਕੇ ਚਾਹੀਏ ਜੀ ਵਾਹ ਜੀ ਕਮਾਲ ਹੋ ਗਿਆ ਜੀ ਪਾਲੀ ਸਾਈਡ ਜਿੱਤ ਗਈ ਆ ਜੀ ਜੀ ਤਮਾਸ਼ਾ ਹੀ ਮੁਬਾਰਕਬਾਦ ਦੇ ਰਹੇ ਹਾਂ ਜੇ ਰਿਹਾ ਜੀ ਖਿਲਾੜੀਆਂ ਦੀ ਫਾਈਨਲ ਦੀ ਦੋ ਟੀਮਾਂ ਫਾਈਨਲ ਵਿੱਚ ਪਹੁੰਚ ਗਈਆਂ ਇਸ ਤੋਂ ਬਾਅਦ ਉਹਨਾਂ ਸੇਨ ਸਾਰਾ ਜੀ ਫਾਈਨਲ ਆ ਲਏ ਵਾਹ ਜੀ ਵਾਹ ਕਮਾਲ ਹੋਈ ਗਿਆ ਮੈਚ ਜਿੱਤ ਕੇ ਜੀ ਮਾਲਿਕ ਥੈਂਕ ਯੂ
ਇਸਲਾਮਾਬਾਦ ਦੇ ਗਰਾਊਂਡ ਵਿੱਚ ਫਾਈਨਲ ਦੀ ਮਹਿਮਾਨ ਸੁਸਤੀ ਆਈ ਹੈ ਜੋ ਨਾ ਅੱਜ ਤੱਕ ਪਾਲਾ ਕੀਤਾ ਜਾ ਰਿਹਾ ਮਾਲਾ ਦਾ ਔਰ ਹਰਾਂ ਫੁੱਲਾਂ ਦੀਆਂ ਪੱਤੀਆਂ ਨਾਲ ਮਾਸਟਰ ਪਰਵੇਜ਼ ਹੋਰ ਵੀ ਆਏ ਜੀ ਸਪੈਸ਼ਲ ਸਿਆਸ ਇਸ ਮੈਚ ਹੀ ਤੱਕਣੇ ਵਾਸਤੇ ਕੱਲ ਠੀਕ ਹੋ ਅੱਜ ਕਿੱਧਰ ਆਇਆ ਸਾਰੇ ਹੈਦਰਾਬਾਦ ਵਿੱਚ ਫਾਈਨਲ ਪਹੁੰਚ ਗਈ ਹੈ ਮੁਬਾਰਕਾਂ ਹੋਣਾ 50,000 ਰੁਪਇਆ ਤਾਂ ਪੱਕਾ ਹੈ ਨਾ ਬਾਕੀ ਮੋਟਰਸਾਈਕਲ ਰੱਖਿਆ ਮੋਟਰਸਾਈਕਲ ਉਸ ਦੇ ਨਾਲ ਟਰਾਫੀਆਂ ਇਹ 7 ਛੁੱਟੀਆਂ ਤਾਂ 8 ਛੁੱਟੀਆਂ ਟਰਾਫੀਆਂ ਤਾਂ ਮੁਬਾਰਕ ਨੇ ਤਾਂ ਬਾਕੀ ਹੁਣ ਜ਼ਰਾ ਮੈਚ ਅਸੀਂ ਉਸ ਵੇਲੇ ਡਬਲ ਮੁਬਾਰਕ ਇਨਸ਼ਾ ਅੱਲਾ ਤਾਂ ਕਿਆ ਆਖਣਾ ਚਾਹੁੰਦੇ ਹੋ ਬਸ ਇਨਸ਼ਾ ਅੱਲਾ ਮੁਕਾਬਲਾ ਬੜਾ ਅੱਛਾ ਕੀਤਾ ਜਨਾਬ ਨੇ ਸਾਡੀ ਸਿਆਸਤ ਟੀਮ ਨੇ ਅੱਛਾ ਕੀਤਾ ਸੋ ਇਹ ਮੁਕਾਬਲਾ ਤਾਂ ਬੜਾ ਹੈ ਜਨਾਬ ਅੱਛਾ ਕੀਤਾ ਹੈ ਮੈਂ ਆਪਣੇ ਇਸ ਦਾ ਰਹੀ ਹੈ ਜਨਾਬ ਨੇ ਜੀ ਮੁਬਾਰਕਾਂ ਨੇ ਮਿੱਠੇ ਚਾਵਲ ਸਲੂਣੇ ਚੱਲ ਸਨ ਚਾਵਲਾਂ ਨੀ ਪੁੱਛੀ ਰਿਹਾ ਪਹਿਲੋ ਆਰਡਰ ਦਿਓ ਨਾ ਹਾਰੇ ਵੀ ਜਦੋਂ 50,000 ਰੁਪਇਆ ਬਾਕੀ ਟਰਾਫੀਆਂ ਦੀ ਕੀਮਤਾਂ ਵੱਖ ਬਾਕੀ ਛੱਕੀਆਂ ਦਾ ਵੀਡੀਓ ਕਾਲ ਦਾ ਆਵਣਾ ਨੇ ਨਾਮ ਬਾਖੇ ਉਹ ਵੀ ਦਿੱਤੇ ਜਾ ਸਨਾ ਜਾ ਬੰਦੇ ਜੀ ਬੰਦੇ ਨਾਲ ਪੈਸੇ ਸੰਭਾਲਨੇ ਵਾਲੇ ਬੇਲਾ ਵਾਲੇ ਨੀ ਨਾਮ ਹੀ ਨਾਮ ਬੇਲਾ ਵਾਲੇ ਨੀ ਬੈਟਿੰਗ ਕਸੀ ਟਾਸ ਹਾਰ ਸੀ ਉਹ ਕਸੀ ਬੋਲਿੰਗ ਆਖਰਕਾਰ ਫਾਈਨਲ ਮੈਚ ਸ਼ੁਰੂ ਹੋਣ ਗਿਆ ਦੋਨੋਂ ਟੀਮਾਂ ਆ ਗਈਆਂ ਜੀ ਮੈਦਾਨ ਪਰ ਬੈਟਿੰਗ ਵਾਸਤੇ ਵੀ ਤਾਂ ਬੋਲਿੰਗ ਵਾਸਤੇ ਵੀ ਜਿਸ ਰਹੇ ਵਿੱਚ ਇੱਕ ਟੀਮ ਸਿਆਖਣੀ ਹੈ ਜੀ ਦੂਸਰੀ ਟੀਮ ਡੱਡਿਆਲ ਨਹੀਂ ਹੈ ਓਵਰ ਨੇ ਪਹਿਲੀ ਬਾਲ ਆਉਣ ਗਿਆ ਜੀ ਪਹਿਲੀ ਬਾਲ ਬੜੀ ਛੱਕਾ ਦੂਸਰੀ ਬਾਲ ਜੀ ਓਵਰ ਨੇ ਓਹੋ ਦੋ ਸਕੋਰ ਪਹਿਲੇ ਓਵਰ ਲਈ ਲਾਸਟ ਬਾਲ ਔਰ ਸਿੰਗਲ ਵੀ ਬਣੀ ਹੋਇਆ ਜੀ ਪਹਿਲੇ ਓਵਰ ਨੇ ਹੱਥ ਨੇ ਪਰ 15 ਸਕੋਰ ਹੋ ਗਿਆ ਜੀ ਹੁਣ ਦੂਸਰਾ ਓਵਰ ਹੋਣ ਗਿਆ ਜੀ ਸ਼ੁਰੂ ਦੂਸਰੇ ਓਵਰ ਨੇ ਫਸਟ ਬਾਲ ਓਏ ਹੋਏ ਹੋਏ ਕਮਾਲ ਨੇ ਬਾਲ ਕੀਆ ਜੀ ਕਮਾਲ ਨੇ ਬਾਲ ਰਨ ਅਪ ਸ਼ਾਟ ਔਰ ਬਾਲ ਨੇ ਸਪੀਡ ਬਹੁਤ ਹੀ ਤੇਜ਼ ਦੂਸਰੇ ਓਵਰ ਨੇ ਦੂਸਰੀ ਬਾਲ ਆਊਟ ਓਵਰ ਨੇ ਤੀਸਰੀ ਬਾਲ ਛੱਕਾ ਦੋ ਓਵਰ ਹੀ ਗਏ ਉਹਨਾਂ ਤੀਸਰਾ ਓਵਰ ਹੈ ਲਾਸਟ ਓਵਰ ਪਹਿਲੀ ਬਾਲ ਹੀ ਵਾਈਟ ਨੈਕਸਟ ਬਾਲ
ਬਹੁਤ ਹੀ ਆਲਾ ਬਾਲ ਜੀ, ਕਮਾਲ ਨੇ ਬਾਲ, ਚਲੀ ਬਾਲ ਮਿਸ ਹੋਣੇ ਸੋ ਬਾਲ, ਦੂਸਰੀ ਬਾਲ ਮਾਸ਼ਾ ਜੀ, ਟੀਮਾਂ ਦੀ ਸਪੋਰਟ ਕਰਨਾ ਸਰ, ਬੜੇ ਬੜੇ ਦੂਰੋਂ ਆਏ ਜੀ, ਥਰਡ ਬਾਲ ਸਿਕਸ, ਲਾਸਟ ਓਵਰ ਦੀਆਂ ਤਰੇ ਬਾਲਾਂ ਰਹਿ ਗਈਆਂ ਔਰ 32 ਸਕੋਰ ਹੋਈ ਗਿਆ ਜੀ। ਚੌਥੀ ਬਾਲ ਔਰ ਵਾਈਟ, ਨੈਕਸਟ ਬਾਲ ਜੀ, ਇੱਕ ਹੋਰ ਖੂਬਸੂਰਤ ਸ਼ਾਟ, ਛੱਕਾ ਛੱਕੇ, ਛੋਟੀ ਤੁਸੀਂ ਸਕੋਰ ਹੋ ਗਿਆ, ਹੁਣ ਹੈ ਜੀ ਬਾਲ ਲਾਸਟ, ਤਾਂ ਲਾਸਟ ਬਾਲ ਦੇਖੋ ਹੈ ਮਿਸ, 43-44 ਨਾਲ ਟਾਰਗੇਟ ਹੈ ਜੀ ਤ੍ਰਿਆ ਹੋਣਾ, ਇੱਕ ਟੀਮ ਬੈਟਿੰਗ ਖੜੀ ਗਈ ਆ, ਉਹਨਾਂ ਦੂਸਰੀ ਟੀਮ ਜੇ ਰਹੀ ਆ ਜੀ ਬੈਟਿੰਗ ਅਵਸਥਾ, ਕੁਝ ਹੀ ਦੇਰ ਵਿੱਚ ਮੈਚ ਹੋ ਗਿਆ ਸੀ ਆਏ ਸ਼ੁਰੂ, ਫਾਈਨਲ ਦੂਸਰੀ ਟੀਮ ਆਈ ਹੈ ਜੀ ਬੈਟਿੰਗ ਅਵਸਥਾ, ਪਹਿਲੀ ਬਾਲ ਬੜੀ ਛੱਕਾ, ਹੋਰ ਦੂਸਰੀ ਬਾਲ ਦੇਖੋ ਜੀ ਹੁੰਦਾ ਹੈ ਕੀ, ਵਾਈਟ ਬਾਲ, ਨੈਕਸਟ ਬਾਲ ਔਰ ਮਿਸ ਬਾਲ, ਹੋਰ ਨਹੀਂ ਲਾਸਟ ਬਾਲ ਔਰ ਸਿੰਗਲ, ਓਹੋ ਪਹਿਲਾ ਓਵਰ ਹੋਈ ਗਿਆ ਮੁਕੰਮਲ, ਹੁਣ ਦੂਸਰੇ ਓਵਰ ਨੇ ਤਿਆਰੀ ਹੋ ਰਹੀ ਆ ਜੀ, ਦੇਖੋ ਆ ਬਾਲਰ ਕਿਹੜਾ ਸੀ ਆ, ਤਾਂ ਕਾਦਰ ਆਇਆ ਜੀ ਬਾਲਰ, ਤਾਂ ਬੈਸਟ ਮੈਨ ਐਜ਼ ਆ ਪਾਪਾ ਹੋਰ, ਤਾਂ ਦੇਖੋ ਆ ਹੁਣ ਦੂਸਰੇ ਓਵਰ ਨਾਲ ਕੀ ਬਣਨਾ ਆ, ਓਵਰ ਨੇ ਫਸਟ ਬਾਲ ਔਰ ਪਹਿਲੀ ਮਿਸ, ਓਵਰ ਨੇ ਦੂਸਰੀ ਬਾਲ ਔਰ ਦੋ ਸਕੋਰ, ਓਵਰ ਨੇ ਤੀਸਰੀ ਬਾਲ ਬਾਹਰ ਚਲੀ ਗਈ, ਓਵਰ ਨੇ ਚੌਥੀ ਬਾਲ ਔਰ ਵਾਈਟ ਬਾਲ ਜੀ, ਵਾਈਟ, ਅੱਛਾ ਮੈਚ ਹੋ ਰਿਹਾ ਜੀ, ਦੋ ਸਕੋਰ, ਦੂਸਰੇ ਓਵਰ ਨੇ ਲੋਸਟ ਬਾਲ, ਫਸਟ ਓਵਰ ਵਿੱਚ 22 ਰਨਸ ਦਰਕਾਰ ਜੀ, ਖਿਲਾੜੀ ਹੁਣ ਮਸ਼ਵਰਾ ਕਰੀ ਰਹੇ ਕਿ ਕਿਹੜੇ ਬਾਲਰ ਕੀ ਭੇਜਿਆ ਜਾ ਬੋਲਿੰਗ ਵਾਸਤੇ, ਮੈਚ ਨਾਲ ਲਾਸਟ ਓਵਰ ਜਾ ਰਹੀ ਹੈ ਜੀ, ਮੁਸਲਸਲ ਦੋ ਵਾਈਟ ਹੋ ਚੁੱਕਿਆ ਜੀ, ਮੁਸਲਸਲ ਤੀਸਰੀ ਵਾਈਟ, ਬੋਲਰ ਪਰ ਪ੍ਰੈਸ਼ਰ, ਲਾਸਟ ਬਾਲ ਅਵਲ ਨਹੀਂ ਲਾਸਟ ਬਾਲ ਹੈ ਜੀ, ਕਿੰਨਾ ਸਕੋਰ ਚਾਹੀਦਾ, 11 ਚਾਹੀਦਾ, ਮੈਂ ਤਾਂ ਇਹ ਵੀ ਦੱਸ ਦਿੰਦਾ ਹੁਣ ਵਾਲੇ ਜਿੱਤ ਗਏ ਜੀ, ਵਾਹ ਜੀ ਵਾਹ,
ਸਾਰਾ ਜਣੇ ਸਰਦਾਰ ਮਜ਼ਹਬ ਦੀ ਟੀਮ ਜਿੱਤੀ ਗਈ ਹੈ ਜੀ ਫਾਈਨਲ, ਤਾਂ ਫਾਈਨਲ ਜਿਹੜਾ ਕਿ ਸਹੀ ਪਤਾ ਜਾਂ ਹੁਣ ਟਾਈਟਲ ਦਾ ਇਨਾਮ ਹੈ। ਫਾਈਨਲ ਟਰਾਫੀਆਂ ਦੀ ਤਕਸੀਮ ਹੋਈ ਹੈ ਜਿਹਨਾਂ ਬੱਚਿਆਂ ਇਸ ਵਿੱਚ ਤਾਹੁਣ ਕੀਤਾ ਉਸ ਵੀ ਟਰਾਫੀਆਂ ਦਿੱਤੀਆਂ ਜਿਹੜੀਆਂ ਜੀ ਹੌਸਲਾ ਅਫਜ਼ਾਈਆਂ ਸ਼ਹੀਦਾਂ ਇੱਥੇ ਦਿੱਤੀਆਂ ਜਿਹੜੀਆਂ ਸਾਰੀਆਂ ਬੱਚਿਆਂ ਦੀ ਮੈਨ ਆਫ ਦੀ ਮੈਚ ਟਰਾਫੀ ਟਰਾਫੀ ਨੂੰ ਅਸਾਂ ਸਾਈਜ਼ ਚੈੱਕ ਕਰਿਆ ਜੀ ਪੂਰਮ ਫਰਾਮ ਚਕਵਾਲ ਉਹਨਾਂ ਵਾਸਤੇ ਜੀ ਸ਼ਕੀਲ ਸ਼ਾਹ ਸੈਮੀਫਾਈਨਲ ਮੈਨ ਆਫ ਦੀ ਮੈਚ ਸਿਆਹ ਬਾਦਸ਼ਾਹ ਬੈਸਟ ਬਾਲਰ ਟਰਾਫੀ ਬੈਸਟ ਬੋਲਰ ਟਰਾਫੀ ਬਹੁਤ ਅੱਛਾ ਖੇਲੇ ਜੀ ਔਰ ਅੱਜ ਹਮਾਰੀ ਜਾਨੀ ਕੇ ਰਿਕਵੈਸਟ ਪੇ ਹੋਏ ਚੀਫ ਗੈਸਟ ਦੇ ਮੌਜੂਦ ਹੈ ਸਾਬਕ ਸਰਕਾਰ ਐਸੋਸੀਏਸ਼ਨ ਰਾਜਾ ਜਦੀਦ ਤਿਆਰ ਐਡਵੋਕੇਟ ਵੈਰੀ ਵੈਲ ਜੀ ਵੈਰੀ ਵੈਲ ਬਹੁਤ ਬਹੁਤ ਸਮਾਂ ਜਨਾਬ ਪਿਆਰੀ ਸਾਜਦ ਭੱਟੋ ਸਾਹਿਬ ਕੇ ਹਵਾਲੇ ਸੇ ਵਸੂਲ ਕਰ ਰਹੇ ਹਾਂ ਗੁਲ ਸਾਹਿਬ ਜਾਣੇ ਇੱਕ ਐਲਸੀਡੀ ਸ਼ਕੀਰ ਸ਼ਾਹ
ਪੂਰੀ ਟੀਮ ਦੇ ਹੌਸਲਾ ਅਫਜ਼ਾਈ ਕੇ ਲਈ ਕੰਮ ਹੈ ਹਰ ਇੱਕ ਹਰੇਕ ਦੇ ਅਲੱਗ ਅਲੱਗ ਪੂਰੀ ਟੀਮ ਦੀ ਬਹੁਤ ਜ਼ਬਰਦਸਤ ਮਿਹਰਬਾਨੀ ਮਹਿਮਾਨਵਾਜ਼ੀ ਕੀ ਹੈ ਆਪ ਸਭ ਨੂੰ ਮੁਬਾਰਕਬਾਦ ਵੀ ਆਪਣਾ ਸ਼ੁਕਰੀਆ ਵੀ ਹਾਜੀ ਹਾਜੀ ਮਾਨੀ ਸਾਹਿਬ ਦਾ ਮੇਰੇ ਬਹੁਤ ਸਾਰੇ ਸੋਹਣੇ ਸਟੇਜ ਤੇ ਸ਼ੇਰ ਆਏਗੇ ਹਾਜੀ ਹਾਜੀ ਮਾਨੀ ਸਾਹਿਬ ਹਾਜੀ ਹਾਜੀ ਮਾਨੀ ਸਾਹਿਬ ਦਾ ਮੇਰੇ ਬਹੁਤ ਸਾਰੇ ਸੁਨਜ਼ਾਰੇ ਸ਼ਾਹ ਦਾ ਸਟੇਜ ਤੇ ਸ਼ੇਰ ਆਏਗੇ ਹਾਜੀ ਹਾਜੀ ਮਾਨੀ ਸਾਹਿਬ ਟੀਮ ਕੈਪਟਨ ਜੀ ਅੰਸ਼ ਦਾ ਖਿਆਲ ਹੈ ਆਜੀਮ ਸਿੰਘ ਮਾਨੀ ਸਾਹਿਬ ਨੂੰ ਸਨਮਾਨ ਸ਼ਾਹ ਨੂੰ ਆਸ ਦੇ ਤੇ ਤਸ਼ੀਰ ਪਾਈ ਗਏ ਨੇ ਦਾਦਾ ਨਾ ਅੱਛਾ ਨੇ ਗਣੀ ਤਾਂ ਨਹੀਂ ਫਿਰ ਸਾਡੇ ਨਾਲ ਜਾਣਾ ਪਈ ਜਾ ਮੇਰੇ ਟੀਮ ਵਾਲੀ ਕਿਹਦਾ ਕਿਉਂ ਬਣਿਆ ਬਣਿਆ ਖੂਬਸੂਰਤ ਵਿਸ਼ਵਾਸ ਸਿਆਹ ਬਾਦਸ਼ਾਹ ਰਣ ਰਣ
ਆਲ ਪਾਕਿਸਤਾਨ ਚਾਰ ਓਪਨ ਟੂਰਨਾਮੈਂਟ ਚੈਂਪੀਅਨ ਦਾ ਪਾਸ ਚਾਂਦੀ ਦਾ ਲਾਗਰ 50,000 ਰੁਪਏ ਚਾਂਦੀ ਦਾ ਲਾਗਰ 50,000 ਰੁਪਏ ਸਾਡੇ ਬਾਬੇ ਸਾਹਿਬ ਵੈਰੀ ਵੈਰੀ ਸਿਆਲ ਸਾਹਿਬ ਸਰਦਾਰ ਜੀ ਚੰਦੀ ਦੇ ਲਾਗੇ ਦਾ ਬੜਾ ਕੰਮ ਕਿਸਾ ਪੁੱਛਿਆ ਬਲਕਿ ਮੋਟਰਸਾਈਕਲ ਮੁਹੰਮਦ ਹੁਸੈਨ ਸਾਹਿਬ ਸਾਫ ਸਾਫ
ਮੁਹੰਮਦ ਹੁਸੈਨ ਨਿਸਾਰ ਸਾਹਿਬ ਮੁਹੰਮਦ ਮੁਹੰਮਦ ਅਸਮਤ ਅਲ ਸਾਬਰ ਹੁਸੈਨ ਹਲਵਾਬਾਦ ਟੂਰਨਾਮੈਂਟ ਜਿੱਤੀ ਗਿਆ ਜੀ। ਮਦਰ ਟੀਮ ਫਾਈਨਲ ਜਿੱਤੀ ਗਿਆ ਜਿਸ ਵਿੱਚ ਮੋਟਰਸਾਈਕਲ ਇਨਾਮ ਸੀਗਾ ਔਰ ਇਸ ਤੋਂ
ਬਾਅਦ ਬੜੇ ਬੜੇ ਇਨਾਮਾਤ ਜਿੱਤੇ ਗਏ ਜਿਸ ਹਾਰਨੇ ਵਾਲੀ ਟੀਮ ਕੀ ਔਰ ਜਿੱਤਣੇ ਵਾਲੇ ਕੀ ਟੀਮ ਸਟੀਲ ਸਾਹਿਤਰਾ ਜਸ਼ਨ ਮਨਾਏ ਰਹੀ ਹੈ ਜ਼ਹਿਰ ਹੈ ਹੁਣ ਜਸ਼ਨ ਚੱਲਣ ਰੱਖੀ ਹੈ ਕਿਉਂਕਿ ਮੋਟਰਸਾਈਕਲ ਇਨਾਮ ਸੀ ਮੋਟਰਸਾਈਕਲ ਇਨਾਮ ਹੋਇਆ ਜਸ਼ਨ ਜਿਹੜਾ ਬਣਨਾ ਉਹ ਤਾਂ ਬੜਾ ਹੀ ਬਣਨਾ ਤਾਂ ਬਾਕੀ ਉਹਨਾਂ ਜਿਲ੍ਹਿਆਂ 'ਚ ਅਸਾਂ ਨਿਹਰਾ ਕਾਫੀ ਹੋਈ ਗਿਆ ਤਾਂ ਬਾਕੀ ਆ ਜਿਹੜੀ ਵੀਡੀਓ ਨਾਲ ਕਿਸੇ ਕਿਸਮ ਦੀ ਗਲਤੀ ਵੀ ਤਾਂ ਮਾਫੀਆ ਬਹੁਤ ਜ਼ਿਆਦਾ ਸੋਣੀ ਨਵੀਂ ਵੀਡੀਓ ਹਾਜ਼ਰ ਹੈ ਤਬ ਤੱਕ ਦੇਖੋ ਜ਼ਿਆਦਾ ਸੁਖੀ ਮਾਨ ਅੱਲਾ।